ਹਾਂਜੀ ਚੋਪਰੋ, ਕਿੱਦਾਂ ਸਾਰੇ ਆ ਚੁੱਕੇ ਆ ਜੀ ਟੀ ਏ 5 ਦਾ ਗੇਮ ਪਲੇ ਲੈ ਕੇ? ਅਤੇ ਅੱਜ ਤੁਹਾਨੂੰ ਪਤਾ ਹੀ, ਅੱਜ ਅਸੀਂ ਜਾਣਾ ਯਾਰ ਆਫ ਰੋਡ ਕਰਨ, ਅਤੇ ਥੰਬਨੇਲ ਤਾਂ ਤੁਸੀਂ ਦੇਖ ਲਏ ਹੋਣੀ ਆ ਅਤੇ ਤੁਹਾਨੂੰ ਪਤਾ ਲੱਗ ਹੀ ਜਾਂਦਾ। ਅਤੇ ਗੱਡੀ ਆਪਣੀ ਦੇ ਸਕਦੇ ਤੁਸੀਂ, ਫੋਰਚੂਨ ਜਮ੍ਹਾਂ ਐਂਡ ਟਿੱਚ ਕੀਤੀ ਪਈ ਆ, ਜਿਹੜੀ ਆਪਾਂ ਪਿਛਲੇ ਗੇਮ ਪਲੇ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਵੀ ਆਪਾਂ ਮੋਡੀਫਾਈ ਕੀਤੀ ਆ ਪੂਰੀ। ਜਿਹਨੇ ਉਹ ਗੇਮ ਪਲੇ ਨਹੀਂ ਦੇਖਿਆ, ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦਿੱਤਾ, ਅਤੇ ਜ਼ਰੂਰ ਜਾ ਕੇ ਦੇਖ ਲਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ। ਅਤੇ ਕਹਿੰਦੇ ਆਪਾਂ ਡੇਲੀ ਸ਼ਾਮ ਨੂੰ 7 ਵਜੇ ਆਉਂਦੇ ਹੁੰਦੇ ਹਾਂ ਲਾਈਵ, ਤਾਂ ਉਹ ਵੀ ਜੁਆਇਨ ਕਰਿਆ ਕਰੋ। ਕਦੇ ਕਦੇ 5-10 ਮਿੰਟ ਉੱਤੇ ਥੱਲੇ ਹੋ ਜਾਂਦਾ, ਤਾਂ ਵੇਟ ਕਰ ਲਿਆ ਕਰੋ ਯਾਰ। ਅਤੇ ਅੱਜ ਅਸੀਂ ਜਾਵਾਂਗੇ ਆਫ ਰੋਡਿੰਗ ਕਰਨ, ਅਤੇ ਰਸਤਾ ਅਸੀਂ ਲੱਭਿਆ ਹੋਇਆ ਯਾਰ, ਔਖਾ ਰਸਤਾ ਲੱਭਿਆ ਹੋਇਆ, ਤਾਂ ਉੱਤੇ ਹੀ ਜਾਵਾਂਗੇ। ਅਤੇ ਆਪਣਾ ਡਰਾਈਵਰ ਜੱਟ ਪੂਰਾ ਕੱਛਾ ਪਾ ਕੇ ਰੈਡੀ ਆ, ਪੂਰਾ ਟਿੱਚ ਕੱਢ। ਅਤੇ ਹੁਣ ਆਪਾਂ ਚੱਲਦੇ ਹਾਂ, ਅਤੇ ਸਿੱਧਾ ਜਾਵਾਂਗੇ ਆਪਾਂ ਪਹਾੜ 'ਤੇ। ਤੁਹਾਨੂੰ ਪਤਾ ਅਸੀਂ ਆਫ ਰੋਡਿੰਗ 'ਤੇ ਜਦੋਂ ਜਾਂਦੇ ਹੁੰਦੇ ਹਾਂ ਤਾਂ ਸਿੱਧਾ ਪਹਾੜ 'ਤੇ ਜਾਂਦੇ ਹੁੰਦੇ ਹਾਂ। ਅਤੇ ਗੱਡੀ ਤੁਸੀਂ ਦੇਖ ਸਕਦੇ ਹੋ, ਐਂ ਸਿਰਾ ਲੱਗੀ ਜਾਂਦੀ ਆ ਪੂਰੀ। ਅਤੇ ਹੁਣ ਚੱਲਦੇ ਹਾਂ ਫਿਰ ਆਪਾਂ ਹੌਲੀ ਹੌਲੀ ਮੱਠੀ ਮੱਠੀ ਚਾਲ ਦੇ ਵਿੱਚ ਜਾਵਾਂਗੇ ਗਾਈਜ਼ ਆਪਾਂ ਪਹਾੜ ਦੇ ਉੱਤੇ, ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਕਿਹੋ ਜਿਹਾ ਨਜ਼ਾਰਾ ਅੱਜ ਪਹਾੜ ਦੇ, ਪਹਾੜ ਦਾ, ਅਤੇ ਉੱਤੇ ਜਾ ਕੇ ਤੁਹਾਨੂੰ ਦਿਖਾਵਾਂਗੇ ਕੀ ਬਣਦਾ ਜੁੜਦਾ। ਅਤੇ ਵੈਸੇ ਰਸਤਾ ਜਾਂਦਾ ਹੁੰਦਾ ਗਾਈਜ਼ ਇੱਥੋਂ ਦੀ, ਅਤੇ ਮੈਂ ਮਾਰਕ ਲਾ ਲਿਆ। ਪਹਿਲਾਂ ਤਾਂ ਆਪਾਂ ਇੱਧਰੋਂ ਤਾਂ ਕਦੇ ਗਏ ਨਹੀਂ, ਤਾਂ ਮੈਨੂੰ ਰਸਤਾ ਪਤਾ ਨਹੀਂ ਹੈਗਾ। ਅਤੇ ਆਪਾਂ ਮਾਰਕ ਕਿੱਥੋਂ ਲਈਏ ਯਾਰ, ਸਿੱਧਾ ਇੱਥੇ ਲਾ ਲਈਏ, ਸਿੱਧਾ ਇੱਥੇ ਲਾ ਲਈਏ, ਸਿੱਧਾ ਇੱਥੇ ਲਾ ਲਈਏ, ਐਂ ਦੀ ਐਂ ਘੁੰਮ ਘੁੰਮ ਕੇ। ਗਾਈਜ਼ ਇਹ ਰਸਤਾ ਮੈਨੂੰ ਲੱਗਦਾ ਜ਼ਿਆਦਾ ਨੇੜੇ ਆ ਯਾਰ, ਇਹ ਔਖਾ ਨਹੀਂ ਹੈਗਾ, ਇਹ ਹੋਰ ਆ। ਉੱਧਰ ਹੀ ਚਲੀ ਜਿੱਧਰੋਂ ਆਪਾਂ ਜਾਂਦੇ ਹੁੰਦੇ ਯਾਰ, ਕੀ ਕਰੀਏ, ਆਪਾਂ ਇੱਧਰੋਂ ਨਹੀਂ ਕਦੇ ਗਏ, ਨਹੀਂ ਇੱਧਰੋਂ ਗਏ ਹਾਂ, ਗਏ ਹਾਂ। ਵੈਸੇ ਜ਼ਿਆਦਾ ਔਖਾ ਰਸਤਾ ਤਾਂ ਉਹੀ ਆ ਯਾਰ। ਚਲੋ ਇੱਧਰੋਂ ਹੀ ਚੱਲਦੇ ਹਾਂ, ਕਾਹਨੂੰ ਟਾਈਮ ਵੇਸਟ ਕਰਨਾ ਹੈ ਨਾ। ਅਤੇ ਚਲੋ ਵੀ ਮੁੰਡੇ, ਗੱਡੀ ਆਪਾਂ ਪਾ ਲਈ ਆ ਪਹਾੜ ਵੱਲ ਨੂੰ, ਅਤੇ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਗੱਡੀ ਕਿਹੋ ਜਿਹੀ ਲੱਗੀ, ਕਿਉਂਕਿ ਗੱਡੀ ਦੇਖੋ ਯਾਰ, ਗੱਡੀ ਦਾ ਲੁੱਕ ਚੈੱਕ ਕਰੋ ਤੁਸੀਂ, ਆ ਆਪਣੀ ਝੋਟੀ ਫੋਰਚੂਨਰ ਜਿਹੜੀ ਹੈਗੀ ਆ, ਬੁੱਕ ਦੀ ਨਹੀਂ ਜਾਵਾਂ। ਲਓ ਜੀ, ਧੋਖਾ ਨਹੀਂ ਦੇਦੀ ਕਦੇ ਗਾਈਜ਼ ਇਹ ਗੱਡੀ, ਤਾਂ ਮੈਨੂੰ ਇੰਨਾ ਭਰੋਸਾ ਵਾ ਆਫ ਰੋਡ 'ਤੇ, ਪਿਛਲੀ ਵਾਰ ਵੀ ਲੈ ਕੇ ਗਏ ਸੀਗੇ, ਗੱਡੀ ਨੇ ਨਜ਼ਾਰੇ ਬੰਨਤੇ ਸੀ ਪੂਰੇ। ਜੇ ਤੁਸੀਂ ਉਹ ਵੀ ਵੀਡੀਓ ਨਹੀਂ ਦੇਖੀ, ਉਹ ਵੀ ਚੈਨਲ 'ਤੇ ਪਈ ਹੋਈ ਯਾਰ, ਇੰਨਾ ਤਾਂ ਕਸ਼ਟ ਕਰ ਲਿਓ, ਲੱਭ ਕੇ ਦੇਖ ਲਿਓ। ਅਤੇ ਹੁਣ ਆਪਾਂ ਚੱਲਦੇ ਹਾਂ, ਅਤੇ ਗੱਡੀ ਜਿਹੜੀ ਆਪਾਂ ਫੋਰਚੂਨਰ ਆਪਾਂ ਮੋਡੀਫਾਈ ਕਰਾਈ ਆ, ਉਹਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਵਾ, ਉਹਨੂੰ ਜਾ ਕੇ ਜ਼ਰੂਰ ਦੇਖਿਓ। ਅਤੇ ਬਾਕੀ ਆਪਾਂ ਸ਼ੋਰਟ ਵੀ ਗਾਈਜ਼ ਪਾਉਂਦੇ ਰਹਿੰਦੇ ਹਾਂ, ਡੇਲੀ ਸ਼ੋਰਟਸ ਵੀ ਆਉਂਦੇ ਰਹਿੰਦੇ ਆ ਚੈਨਲ 'ਤੇ, ਉਹ ਵੀ ਦੇਖ ਲਿਆ ਕਰੋ। ਬਾਕੀ ਗੱਡੀ ਦੀ ਸਪੀਡ, ਆਪਣੀ ਟੋਪ ਸਪੀਡ ਆਪਾਂ ਕਦੇ ਨਹੀਂ ਚੈੱਕ ਕੀਤੀ ਫੋਰਚੂਨਰ ਦੀ, ਅਤੇ ਉਹ ਵੀ ਕਰਾਂਗੇ ਯਾਰ ਚੈੱਕ, ਅੱਜ ਨਹੀਂ ਕਰਾਂਗੇ, ਵਿਹਲੇ ਟਾਈਮ ਕਰਾਂਗੇ ਯਾਰ, ਕਿਉਂਕਿ ਆਪਾਂ ਵਿਹਲੇ ਨਹੀਂ ਹੈਗੇ ਫਿਲਹਾਲ। ਤਾਂ ਆਪਾਂ ਜਾਣਾ ਯਾਰ ਪਹਾੜ ਦੇ ਉੱਤੇ, ਅਤੇ ਉੱਥੇ ਜਾ ਕੇ ਅਸਲੀ ਪਤਾ ਲੱਗੂਗਾ। ਤੁਹਾਨੂੰ ਪਤਾ ਆਪਾਂ ਪਿਛਲੀ ਵਾਰ ਇੰਡੈਵਰ ਲੈ ਕੇ ਗਏ ਸੀਗੇ, ਜੇ ਕਿਸੇ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗਾ ਇੰਡੈਵਰ ਦੀ ਆਫ ਰੋਡ ਦੀ, ਉਹ ਵੀ ਜਾ ਕੇ ਜ਼ਰੂਰ ਦੇਖਿਓ। ਅਤੇ ਉਸ 'ਚ ਥੋੜ੍ਹਾ ਜਿਹਾ ਗਾਈਜ਼ ਕੰਮ ਜਿਹਾ ਖਰਾਬ ਹੋ ਗਿਆ ਸੀਗਾ ਯਾਰ, ਆਪਣੀ ਜਿਹੜੀ ਇੰਡੈਵਰ ਆ ਉਹਨੇ ਦਿੱਤਾ ਸੀ ਸਾਨੂੰ ਧੋਖਾ। ਧੋਖਾ ਉਹਨੇ ਕਿਵੇਂ ਦਿੱਤਾ ਮੈਂ ਤੁਹਾਨੂੰ ਦੱਸਦਾ। ਆਪਣਾ ਉਹ 'ਚ ਯਾਰ ਸਾਰਾ ਕੁਛ ਆਪਾਂ ਵਧੀਆ ਪਾਇਆ ਹੋਇਆ ਸੀ, ਅਲਾਏ ਅਲੂਏ ਪਾ ਕੇ ਐਨ ਤਿਆਰ ਕੀਤੀ ਹੋਈ ਸੀ ਗੱਡੀ, ਪਰ ਉਹਨੇ ਯਾਰ ਪਹਾੜ 'ਤੇ ਅੱਗ ਦੇਤਾ ਸਾਨੂੰ ਧੋਖਾ, ਅਤੇ ਗੱਡੀ ਚੜ੍ਹੀ ਨਹੀਂ ਯਾਰ, ਬਾਹਲੀ ਸਲਿੱਪ ਕਰਦੀ ਆ ਗੱਡੀ ਉਹ। ਅਤੇ ਉਹ ਵੀ ਆਪਾਂ ਮੋਡੀਫਾਈ ਕਰਾਵਾਂਗੇ ਯਾਰ ਬਾਅਦ 'ਚ, ਆਫ ਰੋਡ ਵਾਲੇ ਟਾਇਰ ਪਵਾਵਾਂਗੇ ਉਹਦੇ ਵਿੱਚ, ਅਤੇ ਉਹ ਆਪਾਂ ਬਾਅਦ 'ਚ ਦੇਖਾਂਗੇ।
ਕਿਉਂਕਿ ਉਹ ਗੱਡੀ ਯਾਰ ਮੇਰੇ ਹਿਸਾਬ ਨਾਲ ਚੜ੍ਹਨ ਵਾਲੀ ਹੈ ਨਹੀਂ। ਕੀ ਹੋ ਗਿਆ ਬਾਈ? ਹਾਂ ਕੁੜੀ, ਕੁੜੀ ਕਹਿੰਦੇ ਮੈਂ ਗੁੰਮ ਗਈ ਹਾਂ ਅਤੇ ਮੈਨੂੰ ਰਾਈਡ ਚਾਹੀਦੀ ਆ, ਇਹਨੂੰ ਵੀ ਨਾਲ ਲੈ ਕੇ ਪਹਾੜ 'ਤੇ ਜਾਵਾਂਗੇ, ਆ ਘਰ ਤਾਂ ਆਪਾਂ ਲੈ ਕੇ ਨਹੀਂ ਜਾਣਾ। ਕੁੜੀ ਆਪਾਂ ਬਿਠਾ ਲਈ ਹੈਗਾ ਜੀ, ਅਤੇ ਹੁਣ ਇਹਨੂੰ ਕਿਡਨੈਪ ਆਪਾਂ ਕਰ ਲਿਆ ਵਾ। ਇੱਦਾਂ ਦੇਖੋ ਕੋਈ ਹੈਲਪ ਕਰਦਾ ਅਤੇ ਉਹਨੂੰ ਹੈਲਪ ਨਹੀਂ ਦੇਣੀ ਚਾਹੀਦੀ, ਇੱਥੇ ਕਿਡਨੈਪ ਕਰ ਲੈਣਾ ਚਾਹੀਦਾ, ਜਿੱਦਾਂ ਤੁਹਾਨੂੰ ਡਰਾਈਵਰ ਦਾ ਪਤਾ ਹੀ ਆ। ਓ ਹੋ 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 ਹੋ, ਸੋਰੀ 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 ਗਾਈਜ਼, ਆਪਾਂ ਕੁੜੀ ਕਰ ਲਈ ਹੈ ਕਿਡਨੈਪ, ਅਤੇ ਹੁਣ ਚੱਲਾਂਗੇ ਸਿੱਧਾ ਪਹਾੜ 'ਤੇ ਇਹਨੂੰ ਲੈ ਕੇ, ਅਤੇ ਉੱਥੇ ਜਾ ਕੇ ਦੇਖਦੇ ਹਾਂ ਕੀ ਕਰਨਾ। ਬਾਕੀ ਟਨਲ ਲਾ ਚੁੱਕਿਆ, ਲੈਟਸ ਗੋ ਗਾਈਸ, ਦੇਖਦੇ ਹਾਂ ਕੀ ਬਣਦਾ। ਆਪਾਂ ਨਜਾਇਜ਼ ਬਿਠਾ ਲਈ ਕੁੜੀ। ਓਏ ਹੋਏ ਹੋਏ ਹੋਏ, ਮੈਨੂੰ ਕੋਈ ਦੇਖ ਨਾ ਲਵੇ, ਕੁੜੀ ਸਾਡੀ ਕੰਪਲੇਂਟ ਨਾ ਕਰ ਲੇ। ਗਾਈਜ਼ ਆਪਾਂ ਥੋੜ੍ਹਾ ਰਾਹ ਗਲਤ ਪਾ ਲਿਆ ਸੀਗਾ, ਉੱਤੋਂ ਇਹ ਜਿਹੜੀ ਕੁੜੀ ਆ ਬੋਲੀ ਜਾਂਦੀ ਆ ਮੈਨੂੰ ਰਸਤੇ 'ਤੇ ਧਿਆਨ ਨਹੀਂ ਕਰਨ ਦੇ ਰਹੀ ਯਾਰ। ਧਿਆਨ ਹੁਣ ਮੈਂ ਕਿੱਥੇ ਰੱਖਾਂ, ਕੁੜੀ ਵੱਲ ਰੱਖਾਂ? ਤੁਹਾਨੂੰ ਕੁੜੀ ਦਿਖਾਉਂਦੇ ਜਿਹੜੀ ਅੰਦਰ ਆਪਾਂ ਬਿਠਾਈ ਆ, ਕੁੜੀ ਦੇਖੋ ਯਾਰ, ਤੁਸੀਂ ਦੇਖ ਸਕਦੇ ਹੋ ਯਾਰ, ਕੁੜੀ ਹੁਣ ਅੰਦਰ ਆਪਾਂ ਕਿਡਨੈਪ ਕਰ ਲਈ ਆ। ਇਹ ਕਿਡਨੈਪ ਆਪਾਂ ਕਿਉਂ ਕੀਤੀ ਆ? ਹੁਣ ਇਹਨੇ ਸਾਡੇ ਤੋਂ ਲਿਫਟ ਮੰਗੀ ਸੀ ਅਤੇ ਸਾਡੇ ਕੋਲ ਟਾਈਮ ਨਹੀਂ ਸੀਗਾ, ਬਟ ਆਪਾਂ ਤੁਹਾਨੂੰ ਪਤਾ ਆਪਣਾ ਡਰਾਈਵਰ ਜੱਟ ਕਿਹੋ ਜਿਹਾ ਹੈਗਾ ਇਹਨੇ, ਪਰ ਅੰਦਰ ਬਿਠਾ ਲਈ। ਬਾਕੀ ਓਵਰ ਰੋਡਿੰਗ ਆਪਣੀ ਗਾਈਜ਼ ਸ਼ੁਰੂ ਹੋ ਚੁੱਕੀ ਹੈ, ਇੱਥੋਂ ਦੀ ਪਹਾੜ ਆਪਣਾ ਦੇਖ ਸਕਦੇ ਤੁਸੀਂ, ਅਤੇ ਤੁਸੀਂ ਆਹ ਦੇਖ ਸਕਦੇ ਹੋ ਯਾਰ, ਆਪਣੀ ਜਿਹੜੀ ਗੱਡੀ ਆ ਫੋਰਚੂਨਰ ਬੜੇ ਪਿਆਰ ਨਾਲ ਚੜ੍ਹਦੀ ਪਈ ਹੈ ਯਾਰ, ਕਿੰਨਾ ਸਵਾਦ ਆ ਰਿਹਾ ਗੱਡੀ ਚਲਾਉਣ ਦਾ, ਤੁਸੀਂ ਦੇਖ ਸਕਦੇ ਹੋ ਕਿੰਨੇ ਆਰਾਮ ਨਾਲ ਚੜ੍ਹਦੀ ਪਈ, ਆਪਣੀ ਇੰਡੈਵਰ ਵਾਂਗੂ ਸਲਿੱਪ ਨਹੀਂ ਕਰਦੀ ਪਈ ਗੱਡੀ। ਅਤੇ ਇੱਥੋਂ ਤਾਂ ਮੇਰੀ ਗਲਤੀ ਆ ਕਿਉਂਕਿ ਮੈਂ ਰੇਸ ਛੱਡਤੀ ਸੀਗੀ, ਬੜੇ ਸਮੂਥ ਤਰੀਕੇ ਨਾਲ ਚੜ੍ਹਦੀ ਆ। ਦੇਖੋ ਕਾਈ ਜੀ, ਇੰਨੀ ਸਮੂਥ ਆ ਨਾ ਗੱਡੀ, ਮਤਲਬ ਸਵਾਦ ਆ ਜਾਂਦਾ ਗੱਡੀ ਚਲਾਉਣ ਦਾ ਵੀ, ਅਤੇ ਉੱਤੇ ਚੜ੍ਹਨ ਦਾ ਵੀ ਸਵਾਦ ਆਉਂਦਾ ਪਹਾੜ ਦੇ ਉੱਤੇ। ਗਲਤ ਨਾ ਲੈ ਜਾ ਕਰੋ ਮੁੰਡਿਓ। ਅਤੇ ਆ ਓ ਹੋ ਹੋ ਹੋ, ਆਏ ਹਾਏ ਹਾਏ ਹਾਏ, ਓ ਸ਼ਿਟ ਗਾਈਜ਼, ਆ ਕੀ ਹੋ ਗਿਆ ਗੱਡੀ ਨੂੰ? ਸ਼ਿਟ, ਕਰਤਾ ਕੰਮ ਗੱਡੀ ਦਾ। ਓ ਹੋ ਹੋ ਹੋ, ਗੱਡੀ ਦੀਆਂ ਜਿੰਨੀਆਂ ਤਾਰੀਫਾਂ ਕੀਤੀਆਂ ਨੇ, ਉਹਦਾ ਕੰਮ ਖਰਾਬ ਹੋ ਰਿਹਾ ਆਪਣਾ। ਗੱਡੀ ਨੂੰ ਵੈਸੇ ਕੁਛ ਨਹੀਂ ਹੋਇਆ ਗਾਈਜ਼, ਆਹ ਸਾਈਡ 'ਤੇ ਥੋੜ੍ਹੀ ਵੱਜੀ ਆ, ਅਤੇ ਇੱਥੋਂ ਵੀ ਸਾਈਡ ਦਾ ਕੰਮ ਥੋੜ੍ਹਾ ਖਰਾਬ ਹੋਇਆ, ਤਾਂ ਕੋਈ ਨਹੀਂ ਗਾਈਜ਼, ਇੰਨਾ ਤਾਂ ਹੁੰਦਾ ਰਹਿੰਦਾ ਵਾ। ਅਤੇ ਤਾਂ ਲੈਟਸ ਗੋ ਗਾਈਜ਼, ਉੱਪਰ ਚੱਲਦੇ ਹਾਂ, ਅਤੇ ਦੇਖ ਸਕਦੇ ਤੁਸੀਂ ਝੋਟੀ ਆ ਯਾਰ ਆਪਣੀ ਗੱਡੀ, ਜਮ੍ਹਾਂ ਨਹੀਂ ਬੁੱਕਦੀ ਉੱਥੋਂ, ਥੋੜ੍ਹਾ ਗੱਡੀ ਪਨੀ ਅੱਗੋਂ ਚੱਕੀ ਗਈ ਯਾਰ, ਥੋੜ੍ਹਾ ਰਸਤਾ ਜਿਹਾ ਹੋ ਗਿਆ ਸੀ ਗਾਈਜ਼। ਇੱਥੋਂ ਕਦੇ ਆਪਾਂ ਗੱਡੀ ਚੜ੍ਹਾਈ ਨਹੀਂ ਜ਼ਿੰਦਗੀ ਦੇ ਵਿੱਚ, ਇਹ ਗੱਡੀ ਚੜ੍ਹਾ ਦਈਏ, ਮੈਨੂੰ ਯਕੀਨ ਆ ਗਾਈਜ਼ ਇਹ ਚੜ੍ਹ ਜੂਗੀ। ਓਹੋ ਹੋ ਸ਼ਿਟ ਗਾਈਜ਼, ਗੱਡੀ ਆ ਇੱਥੋਂ ਹੀ ਚੜ੍ਹਾਉਣੀ ਆ ਆਪਾਂ, ਮੈਨੂੰ ਨਹੀਂ ਪਤਾ, ਗੱਡੀ ਚੜ੍ਹਾਉਣੀ ਇੱਥੋਂ ਹੀ ਆ, ਜਿੱਦਾਂ ਮਰਜ਼ੀ ਕਰਕੇ ਇੱਥੋਂ ਚੜ੍ਹਾਉਣੀ ਆ ਅੱਜ ਗੱਡੀ ਯਾਰ। ਕਰਦੇ ਹਾਂ ਟਰਾਈ, ਇੱਕ ਵਾਰੀ ਹੋਰ ਟਰਾਈ ਕਰਦੇ ਹਾਂ ਥੱਲੇ ਡਿੱਗ ਜੇ, ਪਹਾੜ ਤੋਂ ਥੱਲੇ ਡਿੱਗੀ ਤਾਂ ਕੰਮ ਖਰਾਬ ਹੋ ਜਾਣਾ ਗਾਈਜ਼। ਓਹੋ ਹੋ ਹੋ, ਬਚ ਗਈ ਗਾਈਜ਼, ਕੁੜੀ ਨੇ ਗਲਤੀ ਕਰਤੀ ਸਾਡੇ ਤੋਂ ਲਿਫਟ ਮੰਗ ਕੇ। ਓ ਸ਼ਿਟ ਗਾਈਜ਼, ਨਹੀਂ ਯਾਰ ਇੱਥੋਂ ਗੱਡੀ ਨਹੀਂ ਚੜ੍ਹ ਸਕਦੀ, ਗੱਡੀ ਦਾ ਸੱਤਿਆਨਾਸ਼ ਵੱਜ ਜਾਣਾ ਯਾਰ, ਸੋਰੀ ਗਾਈਜ਼, ਇੱਥੋਂ ਨਹੀਂ ਚੜ੍ਹਾ ਸਕਦੇ ਆਪਾਂ। ਗੱਡੀ ਜਿਹੜੀ ਆ ਟੁੱਟੀ, ਆਪਾਂ ਨੂੰ ਰਿਪੇਅਰ ਵੀ ਕਰਾਉਣੀ ਪੈਣੀ ਆ, ਇਹਦੇ ਪਾਰਟਸ ਵੈਸੇ ਨਹੀਂ ਮਿਲਦੇ ਯਾਰ, ਇੰਡੀਆ ਦੀ ਗੱਡੀ ਆ।
ਜਿਹੜੇ ਪਾਰਟਸ ਨੇ ਇਹਦੇ ਬਹੁਤ ਮਹਿੰਗੇ ਨੇ ਯਾਰ ਨਾਲੇ। ਮੈਂ ਇਹਨਾਂ ਦੀਆਂ ਗੱਲਾਂ ਸੁਣਦਾ ਪਿਆ ਸੀ ਕੀ ਕਹਿੰਦੀ ਹੈ ਕਿ ਪਈ ਹੈ ਇਹ ਕੁੜੀ, ਤੁਸੀਂ ਵੀ ਸੁਣ ਸਕਦੇ ਹੋ। ਤਾਂ ਲੋ ਵੀ ਮੁੰਡਿਓ ਰਸਤਾ ਤੁਸੀਂ ਦੇ ਸਕਦੇ ਹੋ, ਥੱਲੇ ਚੈੱਕ ਕਰੋ ਕਿੰਨਾ ਡੂੰਘਾ ਵਾ ਕੰਮ। ਓਏ ਹੋਏ ਹੋਏ ਉਹ ਸ਼ਿਟ, ਗੱਡੀ ਫੇਰ ਵੱਜ ਗਈ ਯਾਰ। ਗੱਡੀ ਆਪਾਂ ਤਾਂ ਤੋੜੀ ਜਾਂਦੇ ਹਾਂ। ਕੁੜੀ ਪਤਾ ਨਹੀਂ ਕੀ ਬੋਲੀ ਜਾਂਦੀ ਯਾਰ, ਮੇਰੇ ਪੱਲੇ ਕੁਛ ਨਹੀਂ ਪੈਂਦਾ ਪਿਆ। ਬਾਕੀ ਤੁਸੀਂ ਵੀਡੀਓ ਨੂੰ ਲਾਈਕ ਕਰੋ ਯਾਰ, ਤੁਸੀਂ ਇੱਥੇ ਤੱਕ ਵੀਡੀਓ ਦੇਖ ਰਹੇ ਹੋ, ਮੇਰੇ ਬਾਕੀ ਵੀਡੀਓ ਵੀ ਦੇਖਿਓ ਯਾਰ, ਜਿਹੜੇ ਫਿਰ ਵੀਡੀਓ ਹੋਰ ਵੀ ਬਹੁਤ ਵਧੀਆ ਵਧੀਆ ਗੇਮ ਪਲੇ ਪਏ ਹੋਏ ਆ ਚੈਨਲ 'ਤੇ। ਉਹ ਮੈਨੂੰ ਆਵਾਜ਼ ਆਈ ਕਿਸੇ ਦੀ, ਮੈਨੂੰ ਆਵਾਜ਼ ਆਈ ਯਾਰ, ਪਤਾ ਨਹੀਂ ਕੌਣ ਸੀ ਉਹ। ਆਏ ਹਾਏ ਹਾਏ ਹਾਏ, ਗੱਡੀ ਚੈੱਕ ਕਰੋ ਯਾਰ, ਤੁਸੀਂ ਗੱਡੀ ਕਿਉਂ ਨਹੀਂ ਚੈੱਕ ਕਰਦੇ ਪਏ, ਐਡੀ ਸਰਾ ਗੱਡੀ ਲੱਗਦੀ ਪਈ ਆ। ਓਏ ਹੋਏ ਹੋਏ ਹੋਏ, ਸਾਡੀ ਫੋਰਚੂਨਰ ਸਵਾਦ ਆਇਆ ਪਿਆ, ਜਿਹੜੇ ਅਲਾਏ ਪਾਏ ਹੋਏ ਆ ਇਹਦੇ 'ਤੇ, ਨਜ਼ਾਰੇਦਾਰ ਕੰਮ ਹੋਇਆ ਪਿਆ ਪੂਰਾ, ਐਨ ਸਰਾ ਕੰਮ ਹੋਇਆ ਪਿਆ। ਗੱਡੀ ਦੇ ਸ਼ੀਸ਼ੇ ਹੈਗੇ ਜਮਾਂ ਹੀ ਕਾਲੇ, ਤੁਹਾਨੂੰ ਪਤਾ ਫਿਰ ਗੱਡੀ ਦੇ ਸ਼ੀਸ਼ੇ ਕਾਲੇ ਹੀ ਹੋਣੇ ਚਾਹੀਦੇ ਆ, ਕ੍ਰਾਈਮ ਬਹੁਤ ਕੀਤੇ ਹੋਏ ਆਪਣੇ ਡਰਾਈਵਰ ਜੱਟ ਨੇ, ਤਾਂ ਕਰਕੇ ਗੱਡੀ ਦੇ ਸ਼ੀਸ਼ੇ ਕਾਲੇ ਹੀ ਚੰਗੇ ਨੇ। ਤੁਹਾਨੂੰ ਗਾਈਜ਼ ਪਿਛਲੀ ਵਾਰ ਮੈਂ ਨਜ਼ਾਰਾ ਦਿਖਾਉਣ ਚੱਲਿਆ ਸੀ ਇੱਧਰੋਂ ਦੀ ਇੰਡੈਵਰ 'ਤੇ, ਬਟ ਆਹ ਦੇਖੋ ਝੰਡੇ ਝੁੰਡੇ ਲਾਏ ਹੋਏ ਆ ਮੁੰਡਿਆਂ ਨੇ, ਇੱਧਰੋਂ ਤੁਹਾਨੂੰ ਮੈਂ ਨਜ਼ਾਰਾ ਨਹੀਂ ਦਿਖਾ ਪਾਇਆ ਯਾਰ, ਪਰ ਤੁਸੀਂ ਅੱਜ ਨਜ਼ਾਰਾ ਦੇਖ ਸਕਦੇ ਹੋ। ਦੇਖਦਾ ਨਜ਼ਾਰਾ ਹੈ ਨਾ, ਸਿਰਾ ਨਜ਼ਾਰਾ ਨਾ ਪੂਰਾ। ਓਏ ਹੋਏ ਹੋਏ ਹੋਏ, ਗੱਡੀ ਯਾਰ ਥੋੜ੍ਹੀ ਟੁੱਟ ਚੁੱਕੀ ਆ, ਪਰ ਇਹ ਤਾਂ ਆਪਾਂ ਰਿਪੇਅਰ ਕਰਵਾ ਲਾਂਗੇ, ਆਪਾਂ ਨੂੰ ਕੋਈ ਉਹ ਟੈਨਸ਼ਨ ਨਹੀਂ ਹੈਗੀ। ਬਾਕੀ ਕੁੜੀ ਆਪਾਂ ਨਾਲ ਹੀ ਲਿਆਏ ਪਹਾੜ ਦੇ ਉੱਤੇ, ਇਹਨੂੰ ਯਾਰ ਬਾਅਦ 'ਚੋਂ ਲਾ ਦਾਂਗੇ ਘਰੇ ਯਾਰ, ਪਰ ਆਪਾਂ ਕੁੜੀ ਕਿਡਨੈਪ ਕੀਤੀ ਹੈ ਨਾ, ਆਪਾਂ ਲਾਉਣਾ ਕਿਉਂ ਘਰੇ। ਓਹੋ ਆਹ ਕੀ ਹੋ ਗਿਆ, ਗੱਡੀ ਇੱਥੋਂ ਚੜ੍ਹਨੀ ਨਹੀਂ, ਗੱਡੀ ਦਾ ਯਾਰ ਬੋਨਟ ਅੱਗੇ ਵਾਲਾ। ਦੇਖੋ ਇੱਕ ਚੀਜ਼ ਕਰਕੇ ਦੇਖ ਲਾਂ ਮੈਂ, ਉਹ ਯਾਰ ਗੱਡੀ ਦਾ ਉੱਤੇ ਮੈਨੂੰ ਲੱਗਦਾ ਚੜ੍ਹਨੀ ਨਹੀਂ ਗਾਈ, ਜੇ ਕਿ ਚੜ੍ਹਜੂ, ਚੜ੍ਹ ਗਈ। ਓਏ ਹੋਏ ਨਜ਼ਾਰਾ ਲਿਆ ਤਾ ਗੱਡੀ ਨੇ, ਆਹ ਟੂਰਿਸਟ ਇੱਥੇ ਖੜ੍ਹੇ ਨੇ ਹਲੇ ਵੀ, ਟੂਰਿਸਟ ਬਹੁਤ ਆਉਂਦੇ ਆ ਗਾਈ ਜਿੱਥੇ। ਤਾਂ ਲੋਹੀ ਮੁੰਡੇ ਗਾਈ ਜਿੱਥੇ ਆਪਾਂ ਲਾ ਚੁੱਕੇ ਹਾਂ ਗੱਡੀ, ਅਤੇ ਗੱਡੀ ਲਾ ਕੇ ਤੁਸੀਂ ਦੇਖ ਸਕਦੇ ਹੋ, ਗੱਡੀ ਦੇ ਨਾਲ ਨਾਲ ਆਪਾਂ ਕੁੜੀ ਨੂੰ ਵੀ ਨਾਲ ਲਿਆ ਇੱਥੇ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ। ਅਤੇ ਹੁਣ ਆਪਾਂ ਕੁੜੀ ਨੂੰ ਲਾ ਕੇ ਆਉਣਾ ਇੱਥੇ, ਅਤੇ ਲਾ ਜਾਂਦੇ ਹਾਂ। ਅਤੇ ਬਾਕੀ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ, ਟਿਲ ਦੈਨ ਗੁੱਡ ਬਾਏ। ਅਤੇ ਨੈਕਸਟ ਵੀਡੀਓ ਵੀ ਗਾਈਜ਼ ਆਉਂਦੀ ਰਹੂਗੀ, ਤਾਂ ਗੱਡੀ ਦਾ ਲੁੱਕ ਇੱਕ ਵਾਰ ਚੈੱਕ ਕਰ ਸਕਦੇ ਤੁਸੀਂ। ਅਤੇ ਮਿਲਦੇ ਗਾਈਜ਼ ਨੈਕਸਟ ਵੀਡੀਓ ਵਿੱਚ, ਟਿਲ ਦੈਨ ਗੁੱਡ ਬਾਏ।